ठीक है जी, बादल हो गया, कांग्रेस होगी, कोई भी हो गया, इन्हों कोई मतलब नहीं है जी सिंघां बारे, जथेदारां बारे, सिर्फ अपनी कुर्सी के पिछे लड़ रहे ने। साडे नाल इन्हां धक्का हो रहा बहुत ज़्यादा जी, इन्हों की 40 दिन की भी की 4 दिन की भी मुहलत नहीं मिल रही जी। तो एक जिहड़ा राम रहीम जिहा कहिंदे ने, की कहिंदे ने, कुछ भी हैगा जी, वो 40 दिन बाद आ जाता है, कई बार महीने बाद आ जाता है, उहदे ते कतल के केस भी ने, रेप के केस भी ने, किन्ने किन्ने केस ने उहदे उपर जी। तो जिहड़े साडे बंदी सिंह ने जगताल सिंह हवारा जी, उन्हां नूं 27 साल हो गए, तो उस तों बाद सानूं कोई इंसाफ नहीं मिल रहा। हुण बाद च सरकार बहुत बड़े बड़े करदी सीगी जी, भगवंत मान जी, एक बारी मौका दो सानूं, असीं इह कर देंगे, एक मौका दो सानूं इह कर देंगे। ये देखो जी, ये हैगी एक सियासत हैगी है जी, मेन गल है जी इन्हां दा हैगा आपस विच कुर्सी का मसला। पर हुण असीं कांग्रेसी भी देख ले, अकाली भी देख ले, बाकी जिहड़ा आम चल रहा है यह भी असीं देख लिया, पर साडे तां कुछ पल्ले पै नहीं है जी। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਨੈਕਸਟ ਪੰਜਾਬ ਦੇ ਨਾਲ, ਮੈਂ ਸੋਨੀਆ। ਸੋ ਜਿਵੇਂ ਕਿ ਸਭ ਜਾਣਦੇ ਨੇ, ਕੌਮੀ ਇਨਸਾਫ ਮੋਰਚਾ ਹੈ, ਇਸ ਦੇ ਵਿੱਚ ਦਿਨ ਪਰ ਦਿਨ ਸੰਗਤਾਂ ਜੋ ਆ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ, ਇਕੱਠ ਵੱਧਦਾ ਜਾ ਰਿਹਾ, ਜਿੱਥੇ ਇਕੱਠ ਵੱਧਦਾ ਜਾ ਰਿਹਾ ਉੱਥੇ ਹੀ ਜੋ ਲੰਗਰ ਦੀ ਸੇਵਾ ਆ ਉਹ ਵੀ ਵੱਧਦੀ ਜਾ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ, ਇੱਥੋਂ ਤੱਕ ਕਿ ਸੇਵਾ ਦੇ ਵਿੱਚ ਵਾਸ਼ਿੰਗ ਮਸ਼ੀਨ ਜਿਸ ਦੇ ਨਾਲ ਕੱਪੜੇ ਧੋਤੇ ਜਾਂਦੇ ਨੇ ਉਸ ਦੀ ਸੇਵਾ ਵੀ ਲਗਾਈ ਗਈ ਹੈ, ਪੈਰਾਂ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ, ਇਸ ਦੇ ਨਾਲ ਹੀ ਹੁਣ ਜੋ ਗੰਨੇ ਦਾ ਰਸ ਹੁੰਦਾ ਹੈ ਉਸ ਦੀ ਵੀ ਸੇਵਾ ਲਗਾਈ ਗਈ ਹੈ। ਅਤੇ ਇਹ ਜੋ ਸ਼ਖਸ ਨੇ ਇਹਨਾਂ, ਇਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਸ਼ਹੀਦਾਂ ਦੀ ਧਰਤੀ ਤੋਂ ਜੋ ਕਿ ਇੱਥੇ ਆਏ ਨੇ, ਇਹਨਾਂ ਨੇ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਯੋਗਦਾਨ ਪਾਇਆ ਸੀਗਾ, ਉੱਥੇ ਜਾ ਕੇ ਵੀ ਇਹਨਾਂ ਦੇ ਵੱਲੋਂ ਗੰਨੇ ਦੀ ਸੇਵਾ ਦਾ ਜੋ ਸੇਵਾ ਕੀਤੀ ਗਈ ਸੀਗੀ, ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਹੋ? ਮੈਡਮ ਜੀ, ਨਾਮ ਹੈ ਜਗਤਾਰ ਸਿੰਘ, ਪਿੰਡ ਲੋਹਾਰ ਮਾਜਰਾ ਕਲਾਂ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਇਸ ਮੋਰਚੇ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ ਗੰਨੇ ਦੇ ਰਸ ਦੀ ਸੇਵਾ ਲਗਾਈ ਹੈ, ਅਤੇ ਤੁਸੀਂ ਕਿਸਾਨੀ ਅੰਦੋਲਨ 'ਚ ਵੀ ਇਹ ਸੇਵਾ ਕਰਕੇ ਆਏ ਹੋ, ਕੀ ਕਹਿਣਾ ਚਾਹੋਗੇ ਇਸ ਮੋਰਚੇ ਦੇ ਬਾਰੇ? ਦੇਖੋ ਮੈਡਮ ਜੀ, ਪਹਿਲਾਂ ਤਾਂ ਦਿੱਲੀ ਮੋਰਚੇ 'ਤੇ ਅਸੀਂ 1 ਮਹੀਨਾ ਲਾ ਕੇ ਆਏ ਜੀ, 1 ਮਹੀਨਾ ਪਹਿਲਾਂ ਲਾਇਆ, ਮਹੀਨਾ ਬਾਅਦ ਦੇ ਵਿੱਚ ਫੇਰ ਲਾ ਕੇ ਆਏ ਜੀ, ਅਤੇ ਉਹ ਤੋਂ ਬਾਅਦ ਉਰੇ 15 ਦਿਨ ਪਹਿਲਾਂ ਲਾ ਗਏ ਜੀ, ਅਸੀਂ 4 ਦਿਨ ਫੇਰ ਲਾ ਗਏ, ਹੁਣ ਕੱਲ੍ਹ ਸੁਬਾਹ 8 ਵਜੇ ਤੋਂ ਫੇਰ ਅਸੀਂ ਉਰੇ ਆਏ ਵੇ ਹਾਂ ਜੀ। ਅਤੇ ਮੇਨ ਮੁੱਦਾ ਹੈਗਾ ਮੈਡਮ ਜੀ, ਦੇਖੋ ਜਿਹੜੇ ਸਾਡੇ ਬੰਦੀ ਸਿੰਘ ਨੇ ਜਗਤਾਲ ਸਿੰਘ ਹਵਾਰਾ ਜੀ, ਉਹਨਾਂ ਨੂੰ 27 ਸਾਲ ਹੋ ਗਏ, ਅਤੇ ਉਹ ਤੋਂ ਬਾਅਦ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ, ਉਹਨਾਂ ਦੇ ਨਾਲ ਸਰਾਸਰ ਧੱਕਾ ਹੋ ਰਿਹਾ ਜੀ। ਅਤੇ ਇੱਕ ਜਿਹੜਾ ਰਾਮ ਰਹੀਮ ਜਿਹਾ ਕਹਿੰਦੇ ਨੇ, ਕੀ ਕਹਿੰਦੇ ਨੇ, ਕੁਛ ਵੀ ਹੈਗਾ ਜੀ, ਉਹ 40 ਦਿਨ ਬਾਅਦ ਆ ਜਾਂਦਾ, ਕਈ ਵਾਰੀ ਮਹੀਨੇ ਬਾਅਦ ਆ ਜਾਂਦਾ, ਉਹਦੇ 'ਤੇ ਕਤਲ ਦੇ ਕੇਸ ਵੀ ਨੇ, ਰੇਪ ਦੇ ਕੇਸ ਵੀ ਨੇ, ਕਿੰਨੇ ਕਿੰਨੇ ਕੇਸ ਨੇ ਉਹਦੇ ਉੱਪਰ ਜੀ, ਠੀਕ ਹੈ ਜੀ। ਅਤੇ ਉਹ ਆ ਰਹੇ ਨੇ, ਜਾ ਰਹੇ ਨੇ, ਸਾਡੇ ਸਿੰਘ ਨੇ ਜਿਹੜੇ, ਇਹਨਾਂ ਨੇ ਸਿਰਫ ਆਪਣੀ ਜੰਗ ਲੜੀ ਆ ਸਿੱਖੀ ਔਰ ਸਾਡੀ ਦਸਤਾਰ ਪੱਗ ਉੱਪਰ ਰਹਿਣ ਵਾਸਤੇ। ਸਾਡੇ ਨਾਲ ਇਹਨਾਂ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਜੀ, ਇਹਨਾਂ ਨੂੰ ਕੀ 40 ਦਿਨ ਦੀ ਵੀ ਕੀ 4 ਦਿਨ ਦੀ ਵੀ ਮੁਹਲਤ ਨਹੀਂ ਮਿਲ ਰਹੀ ਜੀ, ਇਹਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਰੋਸ ਆ ਜੀ। ਬਾਕੀ ਕਹਿਣ ਦਾ ਮਤਲਬ ਹੈ ਜੀ, ਸਾਰੇ ਜਿੰਨੇ ਵੀ ਹੈਗੇ ਸਾਡੇ ਜਥੇਬੰਦੀਆਂ ਦੇ ਆਗੂ ਇੱਧਰ ਦੇ ਪ੍ਰਧਾਨ ਜੀ ਖੜ੍ਹੇ ਨੇ ਜੀ, ਸਾਬਕਾ ਸਰਪੰਚ, ਦੂਜੇ ਸਰਪੰਚ, ਸਭ ਆਏ ਹੋਏ ਹਾਂ ਜੀ ਅਸੀਂ। ਤੇ ਕਹਿਣ ਦਾ ਮਤਲਬ ਮੈਡਮ ਜੀ, ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਜਾਵਾਂਗੇ। ਅੱਛਾ, ਇਹ ਜੋ ਗੰਨੇ ਦੇ ਰਸ ਦੀ ਸੇਵਾ ਕੀਤੀ ਗਈ ਹੈ, ਪੂਰੇ ਪਿੰਡ ਵੱਲੋਂ ਕੀਤੀ ਗਈ ਆ? ਇਹ ਪੂਰੇ ਪਿੰਡ ਵੱਲੋਂ ਕੀਤੀ ਗਈ ਹੈ, ਪੂਰੇ ਪਿੰਡ ਦਾ ਸਹਿਯੋਗ ਹੈ ਜੀ, ਕਿਸੇ ਤੋਂ ਕੋਈ ਮੰਗ ਕੇ ਨਹੀਂ ਦਿੱਤਾ ਗਿਆ, ਕਿਸੇ ਤੋਂ ਕੋਈ ਪੈਸੇ ਨਹੀਂ ਦਿੱਤਾ ਗਿਆ, ਸ਼ਰਧਾ ਮੁਤਾਬਕ ਹਰ ਇੱਕ ਘਰ ਕਹਿੰਦਾ ਸੀਗਾ ਸੱਤੂ ਲੈ ਕੇ ਜਾਓ, ਸੱਤੂ ਲੈ ਕੇ ਜਾਓ। ਹਾਲਾਂਕਿ ਸਾਡੇ ਕੋਲ ਗੰਨਾ ਵੱਧ ਗਿਆ ਸੀਗਾ, ਅਸੀਂ 100-150 ਕੁਇੰਟਲ ਦੇ ਕਰੀਬ ਲੈ ਕੇ ਆ ਗਏ, ਅਗਲੇ ਹਫ਼ਤੇ ਫਿਰ ਲੈ ਕੇ ਆਵਾਂਗੇ ਜੀ। ਬਾਕੀ ਸਾਡੇ ਸਾਰੇ ਮੈਂਬਰ ਉਹਨੂੰ ਜਾਣ ਵਾਲੇ ਹੈ ਨਹੀਂ, ਕੁਛ ਜਾਣਗੇ, 5-7 ਮੈਂਬਰ ਸਾਡੇ ਪੱਕੇ ਉਰੀ ਰਹਿਣਗੇ ਜੀ। ਹਾਂਜੀ, ਮੋਰਚੇ ਦੀ ਗੱਲ ਕਰੀਏ ਤੇ ਮੋਰਚੇ ਨੂੰ ਲੈ ਕੇ ਕਿਵੇਂ ਦੀਆਂ ਤਸਵੀਰਾਂ ਦੇਖਦੇ ਹੋ? ਕਿਉਂਕਿ ਜਦੋਂ ਮੋਰਚਾ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਇੱਕ ਜੋ ਬੰਦੀ ਸਿੰਘ ਨੇ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ, ਉਹਨਾਂ ਨੂੰ 2 ਮਹੀਨੇ ਦੀ ਪਰੋਲ ਮਿਲਦੀ ਆ, ਭਾਈ ਖਹਿਰਾ ਜੀ ਨੂੰ, ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਬਹੁਤ ਵਧੀਆ ਗੱਲ ਹੈ ਜੀ, ਬਹੁਤ ਜ਼ਿਆਦਾ ਵਧੀਆ ਗੱਲ ਹੈ ਜੀ, ਜਗਤਾਰ ਸਿੰਘ ਹਵਾਰਾ ਨੂੰ, ਜਥੇਦਾਰ ਜੀ ਨੂੰ ਮਿਲੇ ਬਰੋਜ, ਅਸੀਂ ਬਹੁਤ ਖੁਸ਼ ਹਾਂ ਜੀ। ਉਹ ਤੋਂ ਬਾਅਦ ਸਾਡਾ ਇਹਨਾਂ 'ਤੇ ਰੋਸ ਵੀ ਨਹੀਂ ਹੈਗਾ, ਕੋਈ ਗੱਲ ਨਹੀਂ। ਦੇਖੋ ਸਜ਼ਾ ਤਾਂ ਉਹਨਾਂ ਦੀ ਬਹੁਤ ਦੇਰ ਪਹਿਲਾਂ ਪੂਰੀ ਹੋ ਚੁੱਕੀ ਆ, ਉਹ 4 ਗੁਣਾ ਸਜ਼ਾ ਵੱਧ ਕਰ ਚੁੱਕੇ ਨੇ। ਸਰਕਾਰਾਂ ਦਾ ਕਿੱਦਾਂ ਦਾ ਵਿਵਹਾਰ ਹੈਗਾ? ਸਰਕਾਰ ਜਿੱਥੇ ਤੁਸੀਂ ਗੱਲ ਕੀਤੀ ਹੈ ਵੀ ਰਾਮ ਰਹੀਮ ਜੋ ਆ ਉਸ ਨੂੰ 4 ਵਾਰ ਛੱਡ ਦਿੱਤਾ ਗਿਆ, 40-40 ਦਿਨ ਦੀ ਪਰੋਲ ਮਿਲਦੀ ਹੈ, ਹੈ ਨਾ, ਉੱਥੇ ਸਰਕਾਰਾਂ ਜੋ ਨੇ ਸਾਡੇ ਜੋ ਬੰਦੀ ਸਿੰਘ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ, ਬਾਹਰ ਨਹੀਂ ਆਏ, ਕੀ ਲੱਗਦਾ ਵੀ ਸਰਕਾਰ ਦਾ ਕਿਸ ਤਰ੍ਹਾਂ ਦਾ ਵਿਵਹਾਰ ਹੈ, ਮਤਰੇਆ ਵਿਵਹਾਰ ਕਰਦੀ ਹੈ? ਇਹ ਦੇਖੋ ਜੀ, ਇਹ ਹੈਗੀ ਇੱਕ ਸਿਆਸਤ ਹੈਗੀ ਹੈ ਜੀ,
मेन गल है जी इन्हों का है आपस में कुर्सी का मसला, ठीक है जी। बादल हो गया, कांग्रेस होगी, कोई भी हो गया, इन्हों कोई मतलब नहीं है जी सिंघा बारे जथेदार बारे, सिर्फ अपनी कुर्सी के पिछे लड़ रहे हैं। सिर्फ इन्हों कुर्सिया चाहदिया ने, लंबड़दारियां चाहदिया ने, प्रधानगिया चाहदिया ने, बाकी इन्हों किसी सिख कौम किसी कोई वह नहीं, ये सिर्फ अपने घोड़े भजा रहे हैं जी, ठीक है जी। बाकी साडा कोई सुनवाई नहीं, साड़ी हो रही कुछ नहीं हो रहा जी। हुण फर्ज कर लो मन के चलो 27 साल कितने थोड़े नहीं होंगे है जी, जथेदारों 27 साल हो गए जी बैठे अंदर। देखो जी हुण जे हुण भी तां साडी सुनवाई होई फिर तो कोई फायदा नहीं है जी। हुण वादे तां सरकार बहुत बड़े बड़े करदी सी जी, भगवंत मान जी एक बारी मौका दो सानू असीं ये कर देंगे, एक मौका दो सानू ये कर देंगे। देखो पहला सी असीं अकाली दल दे विच 70 साल असीं उहनां नाल साडे बजुर्ग जुड़े रहे ने, असं भी उन्होंने पिछे लगे रहे हैं, पर हम असी कांग्रेसी भी देख ले, अकाली भी देख ले, बाकी जो आम चल रहा है ये भी असी देख लिया, पर साढ़े तो कुछ पल्ले पै नहीं है जी। जदों मतलब के साड़ी सुनवाई नहीं हो रही जी, असी ये सरकार तो की भालते हैं, जे आपां नूं कोई पल्ले पवे सानूं मिलता देख के कुछ कुछ ना कुछ। जगतार सिंह उन्होंने बारे हूँ, जगतार सिंह हवारा जी का देखो ढूही की प्रॉब्लम उन्होंने आ, ब्रेन की उन्होंने आई भी है, पर सुनवाई उन्होंने बिल्कुल नहीं हो रही। असी तो मतलब कि पूरा फतेहगढ़ साहब जिले ने मथिया होया भी जिन्ना चिर साढ़े बंदी सिंह रिहा नहीं होंगे असी उन्ना चिर मोर्चा नहीं पट्टना, ठीक है जी। असी डट के बैठांगे जिथे तक भी हो सकिया, पूरी बाह लावांगे जी उन्होंने पिछे, उन्होंने कुर्बानियां दे दी, कितना कुछ करता जी, दस्तारा जी साढ़े सिर ने, दाड़े साडे प्रकाश ने जी, सिर्फ उन्होंने देन। तो हुण जे असी पिछे हटते हैं तो साडे वास्ते भी लाणता जी, असी पिछे नहीं हटना चाहते जिन्ना चिर साडे जथेदार जगतार सिंह हवारा राजोआणिया जिन्हें भी जथेदार अंदर बैठे ने इन्हां नूं इंसाफ नहीं मिलता, इन्हां दी इंसाफी पिछे असी लड़ांगे जी। अच्छा किसानी अंदोलन की गल करिए तो तुसी उत्थे भी सेवा लगाई है, उत्थे दीप सिद्धू भाई भी सीगे है ना, ते तुहानू की लगता भी जे अज ओह साडे विच मौजूद हुंदे, इस मोर्चे च मौजूद हुंदे तां इस मोर्चे दी तस्वीरां अलग होणियां सी? देखो तुसी बहुत वधिया सवाल कीता जी, उत्थे दीप सिद्धू भाई सीगा जी साडे कोल, उत्थे अपनी ट्राली खड़ी रही है तकरीबन 4 महीने पक्की जी, ते 15-16 ट्रालियां साडे जांदी हुंदी, 26 जनवरी नूं असीं उत्थे रहे हां। जो दीप सिद्धू बाई की सोच सी जी बहुत वधिया सोच सी जी उस इंसान की, वह साडे कोल आ के जांदे सीगे, अथन सवेर गेड़ा मारदे सीगे, देखो भी अपने फल्लड़बाजी नहीं करनी, अपने शरारत नहीं करनी, अपने शांतमई नाल बैठना, शांतमई नाल उन्हां दी सोच है जिहड़ी बहुत ज़्यादा वधिया सोच सी जी। उस टाइम लखा सिधाणा भी उन्होंने नाल हुंदा सीगा जी, ठीक है जी। जे अज साडे विचकार दीप सिद्धू जी हुंदे जी तां मोर्चे का माहौल ही कुछ होर होना सीगा जी, उन्हां दी घाट नहीं पूरी हो सकती। सानू बहुत दुख है जी, इह गल दा बहुत ज़्यादा दुख है जी। असीं तकरीबन 6 महीने दिल्ली लगातार उत्थे रहे हैं जी। हाँ जी देखो दीप सिद्धू जी का घाट पूरी होनी मुश्किल है जी, जो उन्हां दी सोच आ, उन्हां दी सोच बहुत वधिया सोच सीगी, बहुत वधिया नेचर सीगी उन्होंने, ते बाकी हर एक इंसान नूं मिलनसार सीगे। जिहड़ा कहिंदे ने जी एक्सीडेंट होया, कोई एक्सीडेंट नहीं होया हैगा जी, कोई ऐसी गलबात नहीं हुई, ये भी एक गवर्नमेंट की सियासत सीगी जी। अच्छा तुसीं एक्सीडेंट की गल कीती है, ते उहनां दी जो महिला मित्र सीगी रीना राय है ना, कुछ दिन पहले ही वह लाइव आए सीगे जदों दीप सिद्धू जी की बरसी सीगी, उस तो पहले वह लाइव आंदे आ, ते उहनां दा कहना भी वह एक्सीडेंट होया सीगा, उन्होंने दस्सिया भी जदों एक्सीडेंट मतलब जदों घरों निकलदे आ ते वह रस्ते विच सो जांदी आ, ते दीप सिद्धू जो आ ड्राइव कर रहे हुंदे, उन्होंने सारियां चीज़ां दस्सिया। सो की कहना चाहोगे, क्योंकि उन्होंने महिला मित्र ने आके लाइव आके ये गल्लां कहियां ने? ओह मैडम जी बिल्कुल हवाए झूठ बोल रहे ने, ठीक है, उन्हों का भी बिच हो सकता हाथ सीगा, जदों एक बंदा ड्राइव कर रहा बराबर बैठा है उन्होंने तक तो धरीट तक नहीं आ रही, एक देखो मौके पर ही शहीदी पा रहा, ठीक है जी। ये सियासत सी जी, सियासत के नाल सारा कुछ काम होया जी, उस गुरोदा भी जो भी हैगी है उसका बिच पूरा पूरा हाथ सीगा जी, उन्होंने झरीट तक नहीं आई, जबकि दीप सिद्धू के होर कितने शरीर से सट नहीं सी, असी खुद देखा वो दे मत्थे बिच सीगी। अच्छा तुसी खुद वेख्या, तुसी वेखण गए सी? हाँ जी हाँ जी हाँ जी, देखो स्कॉर्पियो गड्डी है जी, बहुत हैवी गड्डी है, स्कॉर्पियो गड्डी का इंजन जद पिछे जाऊगा, जबकि बहुत बड़ा ज्यादा हादसा होजूगा, जिदा कि पहला कह दें दूजी गड्डी होंगी है, इस गड्डी होंगी है, वह इंजन मुरे होंगे, स्कॉर्पियो का इंजन आ जरा तकरीबन 4 फुट
सीट तो मरे होंगे वह जिहड़ा स्कॉर्पियो का इंजन स्टेयरिंग आ वह पिछले सीटा तक चला गया जो दीप सिद्धू सीगा उहदे मत्थे दे विच उरे निशान सीगा बाकी उहदी बॉडी बिल्कुल सेफ सीगी ठीक है जी जो नाल सीगी उहदे च रीट नहीं हैगी किते ना किते वह देखो कुछ भी बोलती है कुछ भी करती है झूठ बोलती है वह ठीक है जी इहदे विच भी गौरमेंट की सियासत सीगी भी जे ये अगे आ गया तो इन्हां नूं अपनियां कुर्सियां दा खतरा सीगा जी।